स्लम एरिया तथा सार्वजनिक स्थलों पर लगेंगे इको फ्रेंडली शौचालय। करीब 20 लाख की लागत से बनवाए 27 शौचालय पहुंचे नगर काउंसिल। नगर काउंसिल खन्ना की ओर से सिंटेक्स कंपनी से मंगवाया गया है। इस संबंधी जानकारी देते हुए नगर काउंसिल प्रधान विकास मेहता ने कहा कि शहर के कई स्लम एरिया के साथ साथ सार्वजनिक स्थलों पर भी इन रेडीमेड इको फ्रेंडली शौचालयों को लगाया जाएगा, ताकि खुले में शौच जाने वालों के साथ साथ बाहरी इलाकों से आने वाले लोगों को परेशानी का सामना ना करना पड़े। प्रधान मेहता ने कहा कि करीब 20 लाख रुपए की लागत से 27 शौचालय मंगवाए गए हैं, जिसके उपरांत इन्हें फिलहाल जरूरत अनुसार चिन्हित स्थलों पर लगाया जाएगा और अगर यह प्रयोग सही रहता है तो अन्य स्थलों पर भी जरूरत अनुसार इन्हें मंगवाया जाएगा। वहीं आम जनता म्यूनिसिपल काउंसिल के इस कदम की प्रशंसा कर रही है और विकास मेहता और एमएलए गुरकीरत सिंह कोटली का धन्यवाद। खन्ना से जंटीमान के साथ हरविंदर सिंह चीमा, आजाद टीवी न्यूज। शहर दे विच लगने ने जी, ये शहर की बहुत बड़ी डिमांड सी। ये गल दी शहर दे विच बाहरों पिंडा चों लोग आउंदे ने ਤਾਂ ਬਾਥਰੂਮ ਦੀ ਬੜੀ ਸਮੱਸਿਆ ਆਉਂਦੀ ਹੈ, ਜਿਵੇਂ ਕਿ ਦੀਵਾਰਾਂ ਦੇ ਨਾਲ ਖੜ ਕੇ ਕੋਈ ਕਿਤੇ ਗੱਲਾਂ ਜਾਂਦਾ ਕਰਨ, ਕਿਤੇ ਕੋਈ ਬਜਾ ਗੱਡੀਆਂ ਦੇ ਉਹਲੇ ਖੜ, ਉਹ ਚਾਰੇ ਪਾਸੇ ਸਮੈਲੇ ਸਮੈਲ ਆਉਂਦੀ ਹੈ। ਇਹ ਸ਼ਹਿਰ ਦੀ ਬਹੁਤ ਪੁਰਾਣੀ ਡਿਮਾਂਡ ਸੀ ਵੀ ਬਾਥਰੂਮ ਵਗੈਰਾ ਇਹ ਸ਼ਹਿਰ ਦੇ ਵਿੱਚ ਹੋਣੇ ਚਾਹੀਦੇ ਨੇ। ਜਿਵੇਂ ਜੀ ਟੀ ਰੋਡ 'ਤੇ ਦੁਕਾਨਾਂ ਅੰਦਰ ਨੇ ਸ਼ਹਿਰ ਦੇ ਵਿੱਚ, ਜਿੱਥੇ ਕਿਤੇ ਜਗ੍ਹਾ ਐਡਜਸਟ ਹੋ ਸਕੇ ਉੱਥੇ ਵਾਸਤੇ ਫਿਰ ਇਹ MLA ਸਾਹਿਬ ਨੂੰ ਅਪੀਲ ਕਰੀ ਸੀ ਸ਼ਹਿਰ ਵਾਸੀਆਂ ਨੇ ਔਰ MCA ਦੀ ਵੀ ਅਪੀਲ ਕਰੀ ਹੋਈ ਹੈ ਇਹ ਗੱਲ ਦੀ ਵੀ ਆਹ ਆਪਾਂ ਜਿਹੜਾ ਸਾਫ਼ ਸੁਥਰਾ ਆਪਣਾ ਖੰਨਾ ਸ਼ਹਿਰ ਰੱਖੀਏ ਜੀ, ਉਹਦੇ ਰੱਖਣ ਵਾਸਤੇ ਇਹ ਵੀ ਇਹਨਾਂ ਦੀ ਲੈਟਰ ਨਹੀਂ ਆਪਾਂ ਨੂੰ ਬਹੁਤ ਜ਼ਰੂਰਤ ਹੈ। ਤਾਂ MLA ਸਾਹਿਬ ਨੇ ਪਹਿਲ ਦੇ ਆਧਾਰ 'ਤੇ ਇਹਨਾਂ ਦਾ ਉਪਰਾਲਾ ਕੀਤਾ ਜੀ। 27 ਵਾਸ਼ਰੂਮ ਅਸੀਂ ਟ੍ਰਾਇਲ ਬੇਸਿਸ 'ਤੇ ਮੰਗਾਏ ਨੇ, ਸਵੱਛ ਭਾਰਤ ਦੇ ਸਕੀਮ ਦੇ ਅਧੀਨ ਆਏ ਨੇ ਅਤੇ ਬੜੀ ਦੇਰ ਤੋਂ ਸ਼ਹਿਰ ਵਾਲਿਆਂ ਦੀ ਡਿਮਾਂਡ ਵੀ ਸੀ ਅਤੇ ਮੈਂ ਸਮਝਦਾ ਬੜਾ ਜ਼ਰੂਰੀ ਵੀ ਸੀ, ਕਿਉਂਕਿ ਜਿਹੜਾ ਆਪਣਾ ਸ਼ਹਿਰ ਹੈ ਇਹ ਪੁਰਾਣਾ ਬਣਿਆ ਹੋਇਆ ਅਨਪਲੈਨਡ ਸਿਟੀ ਹੈ ਅਤੇ ਜਿੱਥੇ ਬਾਜ਼ਾਰਾਂ ਦੇ ਵਿੱਚ ਵਾਸ਼ਰੂਮ ਵੀ ਹੁਣ ਪਲੈਂਡ ਬਣਦੇ ਨੇ ਅਤੇ ਉੱਥੇ ਬਾਜ਼ਾਰਾਂ ਦੇ ਵਿੱਚ ਵੀ ਸੜਕਾਂ ਦੇ ਉੱਤੇ ਜੀਟੀ ਰੋਡ 'ਤੇ ਵੀ ਵਾਸ਼ਰੂਮ ਹੈ ਨਹੀਂ ਅਤੇ ਤੁਸੀਂ ਦੇਖਿਆ ਹੋਊਗਾ ਕਿ ਕਈ ਲੋਕ ਜਾਂ ਹਾਈਵੇ 'ਤੇ ਹੀ ਯੂਰੀਨਲ ਕਰਦੇ ਨੇ, ਜਿਹੜੇ ਕਿ ਬੜੀ ਮਾੜੀ ਗੱਲ ਆ ਅਤੇ ਵੈਸੇ ਵੀ ਵਧੀਆ ਨਹੀਂ ਲੱਗਦਾ ਅਤੇ ਪੋਲਿਊਸ਼ਨ ਨੂੰ ਲੈ ਕੇ ਵੀ ਬੜੀ ਬੜੀ ਮਾੜੀ ਗੱਲ ਆ ਅਤੇ ਇਹਨੂੰ ਦੇਖਦੇ ਹੋਏ 27 ਵਾਸ਼ਰੂਮ ਟ੍ਰਾਇਲ ਬੇਸਿਸ 'ਤੇ ਲਿਆਉਂਦੇ ਗਏ, ਜਿਹੜੇ ਕਿ ਜੀਟੀ ਰੋਡ 'ਤੇ ਵੀ ਲੱਗਣਗੇ ਅਤੇ ਬਾਜ਼ਾਰਾਂ ਦੇ ਵਿੱਚ ਵੀ ਲੱਗਣਗੇ, ਸਲੰਮ ਏਰੀਆਜ਼ ਦੇ ਵਿੱਚ ਵੀ ਲੱਗਣਗੇ ਟ੍ਰਾਇਲ ਬੇਸਿਸ 'ਤੇ ਅਤੇ ਇਹਨਾਂ ਲਈ 10 ਬੰਦੇ ਸਪੈਸ਼ਲ ਰੱਖੇ ਗਏ ਨੇ ਜਿਹੜੇ